ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਿਆਮ ਸਟੱਡੀ ਵਿਦ ਜੋਬ ਅਲਰਟ ਵਿੱਚ ਅੱਜ ਦੀ ਅਪਡੇਟ ਹੈ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪੰਜਾਬੀ ਯੂਨੀਵਰਸਿਟੀ ਜਿਹੜੀ ਜੁਰਮਾਨੇ ਕਰਨ ਦੀ ਤਿਆਰੀ ਚ ਹੈ 5 ਰੁਪਏ ਤੋਂ ਲੈ ਕੇ 15000 ਰੁਪਏ ਤੱਕ ਹੈ ਜਿਹੜਾ ਜੁਰਮਾਨਾ ਵਿਦਿਆਰਥੀਆਂ ਨੂੰ ਦੇਣਾ ਹੋਵੇਗਾ ਕਿੰਨਾ ਕਿੰਨਾ ਵਿਦਿਆਰਥੀਆਂ ਨੂੰ ਇਹ ਜੁਰਮਾਨਾ ਦੇਣਾ ਹੋਵੇਗਾ ਉਸ ਨਾਲ ਸੰਬੰਧਤ ਤੁਹਾਨੂੰ ਇਹ ਜਾਣਕਾਰੀ ਅਸੀਂ ਸ਼ੇਅਰ ਕਰਾਂਗੇ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਇਨਫੋਰਮੇਸ਼ਨ ਐ ਜਿਹੜ ਤਾ ਸ਼ੇਅਰ ਕਰਦੇ ਆਂ ਜੀ ਇਹ ਜਾਣਕਾਰੀ ਤਾਂ ਇਹ ਜੋ ਅਪਡੇਟ ਇਨਫੋਰਮੇਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਰਫਿਊ ਤੇ ਲਾਕਡਾਊਨ ਦੌਰਾਨ ਟਿਊਸ਼ਨ ਫੀਸਾਂ ਨਾ ਤਾਰਨ ਵਾਲੇ ਵਿਦਿਆਰਥੀਆਂ ਤੇ ਹੁਣ 9 ਜੂਨ ਤੋਂ ਜੁਰਮਾਨੇ ਕਰਨ ਦੀ ਤਿਆਰੀ ਚ ਹੈ ਜੁਰਮਾਨਾ 5 ਰੁਪਏ ਪ੍ਰਤੀ ਦਿਨ ਤੋਂ ਲੈ ਕੇ ਉੱਕਾ ਪੱਕਾ 15000 ਰੁਪਏ ਤੱਕ ਹੋਵੇਗਾ ਭਾਵੇਂ ਵੱਖ-ਵੱਖ ਵਿਦਿਆਰਥੀ ਤੇ ਰਾਣੇ ਲਾਕਡਾਊਨ ਤੇ ਕਰਫਿਊ ਦੌਰਾਨ ਯੂਨੀਵਰਸਿਟੀ ਦੇ ਬੰਦ ਹੋਣ ਤੇ ਵੀ ਫੀਸਾਂ ਤੇ ਜੁਰਮਾਨੇ ਉਗਰਾਉਣ ਦੇ ਫੈਸਲੇ ਖਿਲਾਫ ਸ਼ੰਗਾਰ ਸਿਦੀ ਚਤਾਵਨੀ ਦਿੱਤੀ ਹੈ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਵੱਲੋਂ 22 ਮਈ ਨੂੰ ਯੂਨੀਵਰਸਿਟੀ ਦੇ ਦਰਜਨ ਭਾਰ ਵਿਭਾਗਾਂ ਦੀ ਮੁਖੀਆਂ ਨੂੰ ਉਹਨਾਂ ਦੇ ਸਬੰਧਤ ਵਿਭਾਗਾਂ ਵਿੱਚ ਪੜ੍ਹ ਰਹੇ ਤੀਜੇ, ਪੰਜਵੇਂ, ਸੱਤਵੇਂ, ਨੌਵੇਂ ਸਮੈਸਟਰ ਦੇ ਵਿਦਿਆਰਥੀਆਂ ਪਾਸੋਂ 8 ਜੂਨ ਤੱਕ ਫੀਸਾਂ ਇਕੱਤਰ ਕਰਨ ਲਈ ਪੱਤਰ ਜਾਰੀ ਕੀਤਾ ਸੀ ਪੰਜਾਬ ਸਟੂਡੈਂਟਸ ਯੂਨੀਅਨ ਦੇ 76 ਰੁਖਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਇੱਕ ਵਿਦਿਆਰਥੀ ਵਫਦ ਡੀਨ ਡਾਕਟਰ ਜੀ ਐਸ ਬਤਰਾ ਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਮਿਲ ਕੇ ਆਏ ਸੀ ਵਫ਼ਾਤ ਨੇ ਇਛਤਾਮ ਨੇ ਦਿੱਤੀ ਸੀ ਕਿ ਜੇ ਯੂਨੀਵਰਸਿਟੀ ਅਧਿਕਾਰੀ ਜੁਰਮਾਨੇ ਕਰਨ ਤੇ ਅੜੇ ਰਹੇ ਤਾਂ ਵਿਦਿਆਰਥੀ ਤੇਰਾ ਹੈ ਜੋ ਸੰਘਰਸ਼ ਕਰਨ ਉਤਰਨ ਗਿਆ ਤਾਂ ਇਹ ਅਪਡੇਟ ਹੈ ਜੀ ਇਸ ਤੋਂ ਇਲਾਵਾ ਜੋ ਵੀ ਅੱਗੇ ਅਪਡੇਟ ਆਏਗੀ ਤਾਂ ਅਸੀਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਧੰਨਵਾਦ ਜੀ